ਗੋਲਗੱਪੇ ਖਾਣ ਜਾ ਰਹੇ ਮਾਂ ਬੇਟਾ ਦੋਵੇਂ ਹੀ ਟ੍ਰੇਨ ਦੀ ਚਪੇਟ ਦੇ ਵਿੱਚ ਆ ਗਏ ਨੇ, ਜਿਸ ਦੇ ਕਾਰਨ ਬੇਟੇ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਮਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ। ਹਾਲਾਂਕਿ ਦੱਸ ਦਈਏ ਕਿ ਦੋਵੇਂ ਹੀ ਜਦੋਂ ਗੋਲਗੱਪੇ ਖਾਣ ਦੇ ਲਈ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਰੇਲਵੇ ਲਾਈਨ ਨੂੰ ਕ੍ਰੋਸ ਕਰਨ ਲੱਗੇ ਤਾਂ ਉੱਥੇ ਕਿਹਾ ਜਾ ਰਿਹਾ ਕਿ ਕਿਸੇ ਟ੍ਰੇਨ ਦੀ ਚਪੇਟ ਦੇ ਵਿੱਚ ਦੋਵੇਂ ਆ ਜਾਂਦੇ ਨੇ। ਹਾਲਾਂਕਿ ਦੋਵੇਂ ਪਹਿਲਾਂ ਜ਼ਖਮੀ ਹੁੰਦੇ ਨੇ ਤੇ ਇਲਾਜ ਦੇ ਲਈ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਕਿਹਾ ਜਾ ਰਿਹਾ ਕਿ ਬੇਟੇ ਨੇ ਦਮ ਤੋੜ ਦਿੱਤਾ। ਕਰਨ ਵਜੋਂ ਬੇਟੇ ਦੀ ਪਹਿਚਾਣ ਹੋਈ ਹੈ, 24 ਸਾਲ ਦੇ ਕਰੀਬ ਇਸਦੀ ਉਮਰ ਦੱਸੀ ਜਾ ਰਹੀ ਹੈ ਤੇ ਮਾਮਲਾ ਖੰਨਾ ਤੋਂ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਖੰਨਾ ਦੇ ਫਲਾਈਓਵਰ ਦੇ ਕੋਲ ਕਿਹਾ ਜਾ ਰਿਹਾ ਕਿ ਇਹ ਹਾਦਸਾ ਵਾਪਰਿਆ, ਜਿੱਥੇ ਕਿ ਮਾਂ ਬੇਟਾ ਜਦੋਂ ਗੋਲਗੱਪੇ ਖਾਣ ਦੇ ਲਈ ਘਰੋਂ ਨਿਕਲੇ ਤਾਂ ਰਸਤੇ ਦੇ ਵਿੱਚ ਟ੍ਰੇਨ ਦੀ ਚਪੇਟ 'ਚ ਆਉਣ ਕਾਰਨ ਦੋਵੇਂ ਹੀ ਜ਼ਖਮੀ ਹੋ ਜਾਂਦੇ ਨੇ, ਜਿੱਥੇ ਕਿ ਹੁਣ ਬੇਟੇ ਦੀ ਮੌਤ ਹੋ ਗਈ ਹੈ। ਉੱਥੇ ਹੀ ਮਾਂ ਦਾ ਇਲਾਜ ਜੋ ਹੈ ਹਸਪਤਾਲ ਦੇ ਵਿੱਚ ਚੱਲ ਰਿਹਾ। ਤਾਂ ਖੰਨਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਮਾਂ ਬੇਟਾ ਦੋਵੇਂ ਜਦੋਂ ਗੋਲਗੱਪੇ ਖਾਣ ਦੇ ਲਈ ਜਾ ਰਹੇ ਸੀ ਤਾਂ ਅਚਾਨਕ ਹੀ ਟ੍ਰੇਨ ਦੀ ਚਪੇਟ ਦੇ ਵਿੱਚ ਆ ਗਏ, ਜਿਸ ਦੇ ਕਾਰਨ ਬੇਟੇ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਰੂਪ ਨਾਲ ਜ਼ਖਮੀ ਦੱਸੀ ਜਾ ਰਹੀ ਹੈ। ਗੋਲਗੱਪੇ ਖਾਣ ਜਾ ਰਹੇ ਮਾਂ ਬੇਟਾ ਦੋਵੇਂ ਹੀ ਟ੍ਰੇਨ ਦੀ ਚਪੇਟ ਦੇ ਵਿੱਚ ਆ ਗਏ ਨੇ, ਜਿਸ ਦੇ ਕਾਰਨ ਬੇਟੇ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਮਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ। ਹਾਲਾਂਕਿ ਦੱਸ ਦਈਏ ਕਿ ਦੋਵੇਂ ਹੀ ਜਦੋਂ ਗੋਲਗੱਪੇ ਖਾਣ ਦੇ ਲਈ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਰੇਲਵੇ ਲਾਈਨ ਨੂੰ ਕ੍ਰੋਸ ਕਰਨ ਲੱਗੇ ਤਾਂ ਉੱਥੇ ਕਿਹਾ ਜਾ ਰਿਹਾ ਕਿ ਕਿਸੇ ਟ੍ਰੇਨ ਦੀ ਚਪੇਟ ਦੇ ਵਿੱਚ ਦੋਵੇਂ ਆ ਜਾਂਦੇ ਨੇ। ਹਾਲਾਂਕਿ ਦੋਵੇਂ ਪਹਿਲਾਂ ਜ਼ਖਮੀ ਹੁੰਦੇ ਨੇ ਤੇ ਇਲਾਜ ਦੇ ਲਈ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਕਿਹਾ ਜਾ ਰਿਹਾ ਕਿ ਬੇਟੇ ਨੇ ਦਮ ਤੋੜ ਦਿੱਤਾ। ਕਰਨ ਵਜੋਂ ਬੇਟੇ ਦੀ ਪਹਿਚਾਣ ਹੋਈ ਹੈ, 24 ਸਾਲ ਦੇ ਕਰੀਬ ਇਸਦੀ ਉਮਰ ਦੱਸੀ ਜਾ ਰਹੀ ਹੈ ਤੇ ਮਾਮਲਾ ਖੰਨਾ ਤੋਂ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਖੰਨਾ ਦੇ ਫਲਾਈਓਵਰ ਦੇ ਕੋਲ ਕਿਹਾ ਜਾ ਰਿਹਾ ਕਿ ਇਹ ਹਾਦਸਾ ਵਾਪਰਿਆ, ਜਿੱਥੇ ਕਿ ਮਾਂ ਬੇਟਾ ਜਦੋਂ ਗੋਲਗੱਪੇ ਖਾਣ ਦੇ ਲਈ ਘਰੋਂ ਨਿਕਲੇ ਤਾਂ ਰਸਤੇ ਦੇ ਵਿੱਚ ਟ੍ਰੇਨ ਦੀ ਚਪੇਟ 'ਚ ਆਉਣ ਕਾਰਨ ਦੋਵੇਂ ਹੀ ਜ਼ਖਮੀ ਹੋ ਜਾਂਦੇ ਨੇ, ਜਿੱਥੇ ਕਿ ਹੁਣ ਬੇਟੇ ਦੀ ਮੌਤ ਹੋ ਗਈ ਹੈ। ਉੱਥੇ ਹੀ ਮਾਂ ਦਾ ਇਲਾਜ ਜੋ ਹੈ ਹਸਪਤਾਲ ਦੇ ਵਿੱਚ ਚੱਲ ਰਿਹਾ। ਤਾਂ ਖੰਨਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਮਾਂ ਬੇਟਾ ਦੋਵੇਂ ਜਦੋਂ ਗੋਲਗੱਪੇ ਖਾਣ ਦੇ ਲਈ ਜਾ ਰਹੇ ਸੀ ਤਾਂ ਅਚਾਨਕ ਹੀ ਟ੍ਰੇਨ ਦੀ ਚਪੇਟ ਦੇ ਵਿੱਚ ਆ ਗਏ, ਜਿਸ ਦੇ ਕਾਰਨ ਬੇਟੇ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਰੂਪ ਨਾਲ ਜ਼ਖਮੀ ਦੱਸੀ ਜਾ ਰਹੀ ਹੈ। ਗੋਲਗੱਪੇ ਖਾਣ ਜਾ ਰਹੇ ਮਾਂ ਬੇਟਾ ਦੋਵੇਂ ਹੀ ਟ੍ਰੇਨ ਦੀ ਚਪੇਟ ਦੇ ਵਿੱਚ ਆ ਗਏ ਨੇ, ਜਿਸ ਦੇ ਕਾਰਨ ਬੇਟੇ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਮਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ। ਹਾਲਾਂਕਿ ਦੱਸ ਦਈਏ ਕਿ ਦੋਵੇਂ ਹੀ ਜਦੋਂ ਗੋਲਗੱਪੇ ਖਾਣ ਦੇ ਲਈ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਰੇਲਵੇ ਲਾਈਨ ਨੂੰ ਕ੍ਰੋਸ ਕਰਨ ਲੱਗੇ ਤਾਂ ਉੱਥੇ ਕਿਹਾ ਜਾ ਰਿਹਾ ਕਿ ਕਿਸੇ ਟ੍ਰੇਨ ਦੀ ਚਪੇਟ ਦੇ ਵਿੱਚ ਦੋਵੇਂ ਆ ਜਾਂਦੇ ਨੇ। ਹਾਲਾਂਕਿ ਦੋਵੇਂ ਪਹਿਲਾਂ ਜ਼ਖਮੀ ਹੁੰਦੇ ਨੇ ਤੇ ਇਲਾਜ ਦੇ ਲਈ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਕਿਹਾ ਜਾ ਰਿਹਾ ਕਿ ਬੇਟੇ ਨੇ ਦਮ ਤੋੜ ਦਿੱਤਾ। ਕਰਨ ਵਜੋਂ ਬੇਟੇ ਦੀ ਪਹਿਚਾਣ ਹੋਈ ਹੈ, 24 ਸਾਲ ਦੇ ਕਰੀਬ ਇਸਦੀ ਉਮਰ ਦੱਸੀ ਜਾ ਰਹੀ ਹੈ ਤੇ ਮਾਮਲਾ ਖੰਨਾ ਤੋਂ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਖੰਨਾ ਦੇ ਫਲਾਈਓਵਰ ਦੇ ਕੋਲ ਕਿਹਾ ਜਾ ਰਿਹਾ ਕਿ ਇਹ ਹਾਦਸਾ ਵਾਪਰਿਆ, ਜਿੱਥੇ ਕਿ ਮਾਂ ਬੇਟਾ ਜਦੋਂ ਗੋਲਗੱਪੇ ਖਾਣ ਦੇ ਲਈ ਘਰੋਂ ਨਿਕਲੇ ਤਾਂ ਰਸਤੇ ਦੇ ਵਿੱਚ ਟ੍ਰੇਨ ਦੀ ਚਪੇਟ 'ਚ ਆਉਣ ਕਾਰਨ ਦੋਵੇਂ ਹੀ ਜ਼ਖਮੀ ਹੋ ਜਾਂਦੇ ਨੇ, ਜਿੱਥੇ ਕਿ ਹੁਣ ਬੇਟੇ ਦੀ ਮੌਤ ਹੋ ਗਈ ਹੈ। ਉੱਥੇ ਹੀ ਮਾਂ ਦਾ ਇਲਾਜ ਜੋ ਹੈ ਹਸਪਤਾਲ ਦੇ ਵਿੱਚ ਚੱਲ ਰਿਹਾ। ਤਾਂ ਖੰਨਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਮਾਂ ਬੇਟਾ ਦੋਵੇਂ ਜਦੋਂ ਗੋਲਗੱਪੇ ਖਾਣ ਦੇ ਲਈ ਜਾ ਰਹੇ ਸੀ ਤਾਂ ਅਚਾਨਕ ਹੀ ਟ੍ਰੇਨ ਦੀ ਚਪੇਟ ਦੇ ਵਿੱਚ ਆ ਗਏ, ਜਿਸ ਦੇ ਕਾਰਨ ਬੇਟੇ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਰੂਪ ਨਾਲ ਜ਼ਖਮੀ ਦੱਸੀ ਜਾ ਰਹੀ ਹੈ।